ਸਮਾਂ ਸਨ 1699 ਜਗ੍ਹਾ ਅਨੰਦਪੁਰ ਸਾਹਿਬ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦੀਵਾਨ ਸਜਿਆ ਹੋਇਆ ਪਰ ਗੁਰੂ ਪਾਤਸ਼ਾਹ ਰੋਜ਼ ਦੇ ਰੰਗਾਂ ਨਾਲੋਂ ਅੱਜ ਵੱਖਰੇ ਜਿਹੇ ਲੱਗਦੇ ਨੇ ਉਹਨਾਂ ਦਾ ਚਿਹਰੇ ਤੇ ਵੱਖਰਾ ਹੀ ਜਲਾਲ ਹੈ ਕਿਉਂਕਿ ਸੰਗਤਾਂ ਨੂੰ ਸਾਲ ਭਰ ਪਹਿਲਾਂ ਤੋਂ ਹੀ ਸੁਨੇਹਾ ਦੇ ਦਿੱਤਾ ਗਿਆ ਸੀ ਭਾਰਤ ਭਰ ਤੋਂ ਗੁਰੂ ਨਾਨਕ ਨਾਮ ਲੇਵਾ ਵੱਡੀ ਗਿਣਤੀ ਵਿੱਚ ਅਨੰਦਪੁਰ ਸਾਹਿਬ ਆਏ ਇਕੱਠੇ ਹੋਏ ਨੇ ਗੁਰੂ ਪਾਤਸ਼ਾਹ ਜੀ ਦੀ ਵੰਗਾਰ ਮੈਨੂੰ ਇੱਕ ਸਿਰ ਦੀ ਲੋੜ ਹੈ ਉਹ ਨੰਗੀ ਤਲਵਾਰ ਸ੍ਰੀ ਸਾਹਿਬ ਜਿਸ ਨੂੰ ਦੇਖ ਕੇ ਸਾਰਿਆਂ ਦਾ ਹਿਰਦਾ ਕੰਬ ਗਿਆ ਸਾਰੇ ਹੈਰਾਨ ਜ਼ਰੂਰ ਹੋਏ ਘਬਰਾਏ ਡਰੇ ਗੁਰੂ ਪਾਤਸ਼ਾਹ ਜੀ ਨੇ ਸਿਰ ਦੀ ਮੰਗ ਕਰ ਲਈ ਹੈ ਹੋ ਸਕਦਾ ਹੈ ਕਿ ਉਦੋਂ ਤੱਕ 10 ਜਾਮਿਆਂ ਤੱਕ ਵਿਚਰਦਿਆਂ ਸਿੱਖਾਂ ਦੀ ਜਨਰੇਸ਼ਨ ਨੂੰ ਭੁੱਲ ਗਿਆ ਹੋਵੇ ਕਿ ਸੀਸ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੰਗ ਲਿਆ ਸੀ ਉਹਨਾਂ ਦਾ ਪਹਿਲਾ ਹੁਕਮ ਸੀ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋਏ ਸਬਨ ਕੀ ਰੇਨਕਾ ਤਾਂ ਆਓ ਹਮਾਰੇ ਪਾਸ ਮੌਤ ਦਾ ਡਰ ਸਹਿਮ ਤਾਂ ਪਹਿਲਾਂ ਲਾਉਣ ਲਈ ਹੁਕਮ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੀ ਕਰਤਾ ਸੀ ਪਰ ਇਨਸਾਨ ਦੇ ਸੁਭਾਅ ਨੂੰ ਬਦਲਦਿਆਂ ਸਮਾਂ ਲੱਗਦਾ ਹੈ ਸਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਸ ਡਰ ਨੂੰ ਹਮੇਸ਼ਾ ਲਈ ਖਤਮ ਕਰਨ ਲਈ ਅਕਾਲ ਪੁਰਖ ਦੀ ਫੌਜ ਪੈਦਾ ਕਰਨ ਦਾ ਨਿਸ਼ਚਾ ਕੀਤਾ ਐਸੀ ਫੌਜ ਜਿਸ ਨੂੰ ਮੌਤ ਦਾ ਡਰ ਨਹੀਂ ਹੋਏਗਾ ਤੇ ਭਾਵੇਂ ਮੌਤ ਦਾ ਡਰ ਨਾ ਹੋਵੇ ਉਸਦੇ ਵਿੱਚ ਨਿਮਰਤਾ ਮਿਠਾਸ ਬਣੀ ਰਹੇਗੀ ਔਰ ਗੁਰੂ ਪਾਤਸ਼ਾਹ ਜੀ ਦੀ ਖਾਲਸਾ ਸਾਜਨਾ ਦਿਵਸ ਤੇ ਮੁਰਦਿਆਂ ਵਿੱਚ ਅੰਮ੍ਰਿਤ ਰਾਹੀਂ ਜਾਨ ਫੂਕ ਦੇਣ ਦੀ ਬਖਸ਼ਿਸ਼ ਨੂੰ ਤਾਂ ਬਿਆਨਿਆ ਹੀ ਨਹੀਂ ਜਾ ਸਕਦਾ ਐਸੀ ਰਹਿਮਤ ਐਸੀ ਮਿਹਰ ਐਸੀ ਬਖਸ਼ਿਸ਼ ਗੁਰੂ ਨੇ ਆਪਣੇ ਨਿਮਾਣੇ ਨਿਤਾਣੇ ਲਿਤਾਣੇ ਗਰੀਬ ਸਿੱਖਾਂ ਨੇ ਕੀਤੀ ਕਿ ਉਹਨਾਂ ਦੇ ਮਨ ਤੋਂ ਸਾਰਾ ਡਰ ਸਹਿਮ ਦੂਰ ਕਰਕੇ ਉਹਨਾਂ ਨੂੰ ਬਾਜਿਆਂ ਵਰਗੀ ਮਹਿਸੂਸ ਕਰਨ ਲਈ ਬਲ ਬਖਸ਼ਿਆ ਜਿਨ੍ਹਾਂ ਦਾ ਚਿੜੀ ਜਿੰਨਾ ਦਿਲ ਹੁੰਦਾ ਸੀ ਜੋ ਛੇਤੀ ਡਰ ਜਾਂਦੇ ਸਨ ਭਾਵੇਂ ਮੁਗਲਾਂ ਤੋਂ ਭਾਵੇਂ ਹੋਰ ਦੁਸ਼ਮਣਾਂ ਤੋਂ ਭਾਵੇਂ ਭੁੱਖ ਤੋਂ ਗਰੀਬੀ ਤੋਂ ਉੱਚੀ ਜਾਤ ਵਾਲਿਆਂ ਤੋਂ ਜਿਸ ਤੋਂ ਵੀ ਮਰਜ਼ੀ ਮਨ ਦਾ ਡਰ ਜਾਂ ਸਹਿਮ ਸੀ ਗੁਰੂ ਪਾਤਸ਼ਾਹ ਜੀ ਨੇ ਆਪਣੀ ਰਹਿਮਤ ਨਾਲ ਆਪਣੀ ਬਖਸ਼ਿਸ਼ ਨਾਲ ਆਪਣੇ ਅੰਮ੍ਰਿਤ ਨਾਲ ਉਸਨੂੰ ਸਦਾ ਲਈ ਦੂਰ ਕਰ ਦਿੱਤਾ ਪਰ ਰਹਿਮਤ ਦੇਖੋ ਜਿੱਥੇ ਕੁਝ ਨਹੀਂ ਉੱਥੋਂ ਗੁਰੂ ਪਾਤਸ਼ਾਹ ਰਹਿਮਤ ਬਖਸ਼ਿਸ਼ ਪੈਦਾ ਕਰਦੇ ਨੇ ਸੋ ਡਰੇ ਸਹਿਮੇ ਲੋਕਾਂ ਵਿੱਚ ਚਿੜੀਆਂ ਵਿੱਚ ਬਾਜਾਂ ਨੂੰ ਲੜਨ ਦੀ ਜਾਨ ਪਾਉਂਦੇ ਨੇ ਬਾਣੀ ਬਾਣਾ ਬਖਸ਼ਦੇ ਨੇ ਤੇ ਐਸੀ ਕਿਰਪਾ ਲਾਹੌਰ ਵਰਗੇ ਜ਼ਹਿਰ ਕਹਿਰ ਸ਼ਹਿਰ ਤੋਂ ਦਇਆ ਉਪਜਦੀ ਹੈ ਹਸਤਨਾਪੁਰ ਤੋਂ ਜਿੱਥੇ ਦੁਨੀਆਂ ਦੀ ਸਾਰੀ ਰਾਜਨੀਤੀ ਕੂਟਨੀਤੀ ਜੋੜ ਤੋੜ ਹੁੰਦਾ ਹੈ ਉੱਥੋਂ ਧਰਮ ਪੈਦਾ ਹੋ ਰਿਹਾ ਹੈ ਜਗਨਨਾਥਪੁਰੀ ਜਿਹਦਾ ਦੇਵਤਾ ਹੀ ਬਿਨਾਂ ਬਾਹਾਂ ਵਾਲਾ ਹੈ ਹਿੰਮਤ ਦੀ ਨਿਸ਼ਾਨੀ ਹਿੰਮਤ ਉੱਥੋਂ ਪੈਦਾ ਹੋ ਰਹੀ ਹੈ ਬਿਨਾਂ ਬਾਹਾਂ ਵਾਲੇ ਤੋਂ ਹਿੰਮਤ ਪੈਦਾ ਹੋ ਰਹੀ ਹੈ ਦੁਆਰਕਾ ਜਿਹਦਾ ਆਪਣੀ ਕੋਈ ਹੋਂਦ ਨਹੀਂ ਉੱਥੋਂ ਮੁੱਖ ਭਾਵ ਤਾਕਤ ਭਾਵ ਕਿਲਾ ਸਟਰੈਂਥ ਇੰਟੈਗ੍ਰਿਟੀ ਉੱਥੋਂ ਪੈਦਾ ਹੋ ਰਹੀ ਹੈ ਤੇ ਮਹਾਭਾਰਤ ਤੁਹਾਨੂੰ ਯਾਦ ਹੋਏਗਾ ਉਹਦਾ ਇੱਕ ਕਿਰਦਾਰ ਵਿਦੁਰ ਕੌਰਵਾਂ ਨੇ ਨੌਕਰਾਂ ਵਾਂਗੂ ਰੱਖਿਆ ਨੌਕਰ ਉਹਨਾਂ ਦਾ ਰਿਹਾ ਕਰਨਾਟਕਾ ਦਾ ਸ਼ਹਿਰ ਬਿਦਰ ਉਸਦੇ ਨਾਮ ਤੇ ਪਿਆ ਉੱਥੋਂ ਦਾਸੀ ਪੁੱਤਰ ਦੀ ਜਗ੍ਹਾ ਤੋਂ ਸਾਹਿਬ ਪੈਦਾ ਹੋਇਆ ਸਾਹਿਬ ਆਇਆ ਗੁਰੂ ਪਾਤਸ਼ਾਹ ਦੀ ਰਹਿਮਤ ਦਾ ਇਸ ਤੋਂ ਸੋਹਣਾ ਕੀ ਨਜ਼ਾਰਾ ਹੋਏਗਾ ਜਿੱਥੇ ਜੋ ਚੀਜ਼ ਨਹੀਂ ਹੈ ਉੱਥੇ ਉਹ ਬਖਸ਼ਿਸ਼ ਪੈਦਾ ਕਰਕੇ ਗੁਰੂ ਪਾਤਸ਼ਾਹ ਜੀ ਨੇ ਸਾਡੇ ਸਾਹਮਣੇ ਰੱਖੀ ਮੌਤ ਦਾ ਡਰ ਦਾ ਕਿਸੇ ਵੀ ਕਿਸਮ ਦਾ ਸਹਿਮ ਸਾਡੇ ਮਨੋਂ ਕੱਢਿਆ ਖਾਲਸਾ ਸਾਜਿਆ ਆਪਣਾ ਰੂਪ ਬਖਸ਼ਿਆ ਬਾਣੀ ਬਖਸ਼ੀ ਬਾਣਾ ਬਖਸ਼ਿਆ ਨਾਲ ਹਿੰਮਤ ਬਖਸ਼ੀ ਗਰੀਬਾਂ ਨਿਮਾਣਿਆਂ ਨਿਤਾਣਿਆਂ ਲੋੜਵੰਦਾਂ ਲਈ
ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਖੜੇ ਹੋਣ ਦਾ ਜਜ਼ਬਾ ਬਖਸ਼ਿਆ। ਅੱਜ ਵੀ ਸਮਾਂ ਕੋਈ ਬਹੁਤਾ ਵੱਖਰਾ ਨਹੀਂ। ਸੰਸਾਰ ਭਰ ਵਿੱਚ ਮੌਤ ਦਾ ਇੱਕ ਅਜੀਬ ਸਹਿਮ ਡਰ ਛਾਇਆ ਹੋਇਆ। ਦੁਸ਼ਮਨ ਵੀ ਹੈ, ਦਿਸਦਾ ਨਹੀਂ, ਭਾਵੇਂ ਵਾਇਰਸ ਹੈ, ਵਿਜ਼ੀਬਲ ਨਹੀਂ ਹੈ, ਅੱਖਾਂ ਦੇ ਸਾਹਮਣੇ ਨਹੀਂ ਹੈ, ਦੁਸ਼ਮਨ ਤੇ ਹੈ। ਤੇ ਉਸਨੇ ਸਾਰਿਆਂ ਨੂੰ ਡਰਾ ਕੇ ਸਹਿਮਾ ਕੇ ਆਪਣੇ ਘਰ ਦੇ ਅੰਦਰ ਬੰਦ ਕਰ ਦਿੱਤਾ ਹੈ। ਸਾਰੇ ਅਸੀਂ ਦੁਨੀਆਂ ਭਰ ਦੇ ਵਿੱਚ ਆਪੋ ਆਪਣੇ ਘਰਾਂ ਵਿੱਚ ਬੈਠੇ ਹਾਂ, ਪਰ ਜਿੱਥੇ ਕਿਤੇ ਵੀ ਨਜ਼ਰ ਦੌੜਾਉਂਦੇ ਹਾਂ, ਜਿੱਥੇ ਕਿਤੇ ਵੀ ਭਾਵੇਂ ਸੋਸ਼ਲ ਮੀਡੀਆ ਦੇਖੋ, ਭਾਵੇਂ ਦੂਸਰਾ ਖਬਰਾਂ ਦੇਖੋ, ਖਾਲਸਾ ਲੋੜਵੰਦਾਂ ਲਈ ਬੋੜ ਰਿਹਾ ਹੈ, ਪਹੁੰਚ ਰਿਹਾ ਹੈ। ਜਿੱਥੇ ਉਮੀਦ ਦੀ ਕੋਈ ਕਿਰਨ ਨਹੀਂ, ਜਿੱਥੇ ਕੋਈ ਭੁੱਖਾ ਹੈ, ਜਿੱਥੇ ਕੋਈ ਲੋੜਵੰਦ ਹੈ, ਜਿੱਥੇ ਕੋਈ ਤਕਲੀਫ ਵਿੱਚ ਹੈ, ਖਾਲਸਾ ਉੱਥੇ ਉਸਦੇ ਨਾਲ, ਉਸਦੇ ਉਸ ਦੁੱਖ ਵਿੱਚ, ਉਸਦੀ ਤਕਲੀਫ ਵਿੱਚ ਸਹਾਰਾ ਬਣ ਕੇ ਅੱਪੜ ਰਿਹਾ ਹੈ। ਖਾਲਸਾ ਸਾਜਨਾ ਦਿਵਸ, ਔਰ ਜਿਸ ਕਰਕੇ ਖਾਲਸੇ ਨੂੰ ਬਣਾਇਆ ਗਿਆ, ਉਹ ਭਾਵਨਾ ਦੁਨੀਆ ਭਰ ਵਿੱਚ ਅਕਾਲ ਪੁਰਖ ਦੀ ਫੌਜ ਰਾਹੀਂ ਸਾਨੂੰ ਨਜ਼ਰ ਆ ਰਹੀ ਹੈ। ਸੋ ਭਾਵੇਂ ਨਗਰ ਕੀਰਤਨ ਨਹੀਂ ਹੋ ਰਹੇ, ਭਾਵੇਂ ਵੱਡੇ ਵਿਸ਼ਾਲ ਦੀਵਾਨ ਇਸ ਵਾਰੀ ਨਹੀਂ ਸੱਜ ਰਹੇ, ਭਾਵੇਂ ਕੀਰਤਨ ਦਰਬਾਰ, ਢਾਡੀ ਦਰਬਾਰ ਨਹੀਂ ਹੋ ਰਹੇ, ਪਰ ਜਿਹੜਾ ਸੁਨੇਹਾ, ਜਿਸ ਬਖਸ਼ਿਸ਼, ਜਿਸ ਆਸ਼ੇ ਨਾਲ ਗੁਰੂ ਪਾਤਸ਼ਾਹ ਜੀ ਨੇ ਖਾਲਸੇ ਨੂੰ ਜਨਮ ਦਿੱਤਾ, ਉਹ ਆਸ਼ਾ ਦੁਨੀਆ ਭਰ ਦੇ ਵਿੱਚ ਖਾਲਸਾ ਪੂਰਾ ਕਰ ਰਿਹਾ। ਇਹੀ ਭਾਵਨਾ, ਇਹੀ ਗੁਰੂ ਦਾ ਉਪਦੇਸ਼ ਸਿੱਖੀ ਕਮਾਉਣ ਵਿੱਚ ਜੋ ਸੁੱਖ ਹੈ, ਜੋ ਦੁਨੀਆ ਭਰ ਦੇ ਵਿੱਚ ਖਾਲਸਾ ਇਸ ਤਕਲੀਫ ਵਿੱਚ ਸਾਰਿਆਂ ਲਈ ਬੋੜ ਰਿਹਾ ਹੈ, ਇਹੀ ਉਸਦੀ ਆਨ ਬਾਨ ਸ਼ਾਨ ਨੂੰ ਹੋਰ ਉੱਚਾ ਕਰ ਰਿਹਾ ਹੈ। ਜਿੱਥੇ ਕਿਤੇ ਵੀ ਦੁਨੀਆ ਭਰ ਵਿੱਚ ਤੁਸੀਂ ਬੈਠੇ ਹੋ, ਸਮੂਹ ਸਿੱਖ ਜਗਤ ਨੂੰ, ਸਮੁੱਚੀ ਲੋਕਾਈ ਨੂੰ ਖਾਲਸਾ ਸਾਜਨਾ ਦਿਵਸ ਦੀਆਂ, ਵਿਸਾਖੀ ਦੀਆਂ, ਆਕਾਸ਼ ਰੇਡੀਓ ਟੀਵੀ ਦੀ ਸਾਰੀ ਟੀਮ ਵੱਲੋਂ ਲੱਖਾਂ ਮੁਬਾਰਕਾਂ। ਇਹ ਅਰਦਾਸ ਕਿ ਸੱਚੇ ਪਾਤਸ਼ਾਹ ਬਾਣੀ ਬਾਣੇ ਦੇ ਧਾਰਨੀ ਸੰਤ ਸਿਪਾਹੀਆਂ ਨੂੰ ਹਮੇਸ਼ਾ ਇਸੇ ਤਰ੍ਹਾਂ ਹੀ ਆਪਣੀ ਮਿਹਰ ਕਰਕੇ ਆਪਣੇ ਰੂਪ ਨੂੰ, ਆਪਣੀ ਬਖਸ਼ਿਸ਼ ਨੂੰ, ਆਪਣੀ ਕੀਤੀ ਕਿਰਪਾ ਨੂੰ ਦੁਨੀਆ ਭਰ ਦੇ ਵਿੱਚ ਪ੍ਰਗਟਾਉਣ ਦੀ ਸੇਵਾ ਬਖਸ਼ਦਾ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।